ਸਵਾਗਤ ਹੈ ਤੁਹਾਡਾ ਮੇਰੇ ਯੂਟਿਊਬ ਚੈਨਲ ਸਾਹਿਤਕ ਜਾਣਕਾਰੀ 'ਤੇ। ਹੁਣ ਤੱਕ ਆਪਾਂ ਦੇਖੋ ਸਾਰੇ ਵਾਰਤਕਾਰਾਂ ਬਾਰੇ ਪੜ੍ਹ ਚੁੱਕੇ ਹਾਂ ਅਤੇ ਹੁਣ ਅਸੀਂ ਕਵੀਆਂ ਬਾਰੇ ਸ਼ੁਰੂ ਕੀਤਾ ਅਤੇ ਅੱਜ ਆਪਾਂ ਪ੍ਰੀਤਮ ਸਿੰਘ ਸਫੀਰ ਜੀ ਬਾਰੇ ਵਿਸਥਾਰ ਸਹਿਤ ਪੜ੍ਹਾਂਗੇ। ਵੀਡੀਓ ਨੂੰ ਧਿਆਨ ਨਾਲ ਦੇਖੋ ਅਤੇ ਯਾਦ ਕਰੋ। ਆਪ ਪੰਜਾਬੀ ਕਵਿਤਾ ਵਿੱਚ ਇੱਕ ਵੱਖਰੀ ਕਿਸਮ ਦੇ ਕਵੀ ਹਨ। ਉਹ ਅਧਿਆਤਮਵਾਦੀ ਹੁੰਦਿਆਂ ਹੋਇਆਂ ਵੀ ਭਾਈ ਵੀਰ ਸਿੰਘ ਨਾਲ ਮੇਲ ਨਹੀਂ ਖਾਂਦੇ ਅਤੇ ਰੋਮਾਂਸਵਾਦੀ ਪ੍ਰਵਿਰਤੀ ਰੱਖਦਿਆਂ ਵੀ ਅੰਮ੍ਰਿਤਾ ਪ੍ਰੀਤਮ ਅਤੇ ਮੋਹਨ ਤੋਂ ਵੱਖਰੀ ਹੋਂਦ ਰੱਖਦੇ ਹੈ ਅਤੇ ਉਹ ਇਨਕਲਾਬੀ ਹਨ ਪਰ ਪਾਸ਼ ਅਤੇ ਦਰਸ਼ਨ ਖਟਕੜ ਵਰਗੇ ਨਹੀਂ ਹਨ। ਉਹਨਾਂ ਦੀ ਆਪਣੀ ਹੀ ਇੱਕ ਸ਼ਖਸੀਅਤ ਹੈ ਪਰ ਆਧੁਨਿਕਤਾ ਵਿੱਚ ਰੰਗੀ ਕਲਾਸੀਕਲ ਸੰਵੇਦਨਾ ਵਾਲੇ ਉਹ ਰਹੱਸਵਾਦੀ ਕਵੀ ਸਨ। 1916 ਦੇ ਵਿੱਚ ਜਨਮ ਹੋਇਆ ਉਹਨਾਂ ਦਾ ਦੇਖੋ ਅਤੇ ਮਲਕਪੁਰ ਜ਼ਿਲ੍ਹਾ ਰਾਵਲਪਿੰਡੀ ਪਾਕਿਸਤਾਨ ਦੇ ਵਿੱਚ ਆ ਜੋ ਇੱਥੇ ਹੋਇਆ ਸੀ ਇਸ ਜਗ੍ਹਾ 'ਤੇ ਮਾਸਟਰ ਮਹਿਤਾਬ ਸਿੰਘ ਦੇ ਘਰ। ਮਾਸਟਰ ਮਹਿਤਾਬ ਸਿੰਘ ਜੀ ਵੀ ਦੇਖੋ ਇੱਕ ਉੱਘੇ ਸਿੱਖ ਆਗੂ ਸਨ ਅਤੇ ਕਿੱਤਾ ਸੀਗਾ ਇਹਨਾਂ ਦਾ ਦੇਖੋ ਪ੍ਰੀਤਮ ਸਿੰਘ ਸਫੀਰ ਜੀ ਦਾ ਕਵੀ ਸੀਗੇ ਅਤੇ ਜੱਜ ਸੀ ਉਹ ਲੱਗੇ ਵੇ ਅਤੇ ਵੱਡੀਆਂ ਰਚਨਾਵਾਂ ਦੇ ਵਿੱਚ ਉਹਨਾਂ ਦਾ ਇੱਕ ਕਾਵਿ ਸੰਗ੍ਰਹਿ ਹੈ ਕੱਤਕ ਕੁੰਜਾ ਅਤੇ ਸਿੱਖਿਆ ਪ੍ਰਾਪਤ ਕੀਤੀ ਉਹਨਾਂ ਨੇ ਦੇਖੋ ਬੀ ਏ ਖਾਲਸਾ ਕੋਲਜ ਅੰਮ੍ਰਿਤਸਰ ਤੋਂ ਅਤੇ ਕਾਨੂੰਨ ਦੀ ਪੜ੍ਹਾਈ ਕੀਤੀ ਲਾ ਕੋਲਜ ਲਾਹੌਰ ਤੋਂ ਅਤੇ 1938 ਈਸਵੀ ਦੇ ਵਿੱਚ ਉਹਨਾਂ ਨੇ ਪੜ੍ਹਾਈ ਮੁਕੰਮਲ ਕਰਕੇ ਪ੍ਰੈਕਟਿਸ ਸ਼ੁਰੂ ਕਰਤੀ ਸੀ ਕਾਨੂੰਨ ਦੀ ਪੜ੍ਹਾਈ ਦੀ ਦੇਖੋ ਪ੍ਰੈਕਟਿਸ ਸ਼ੁਰੂ ਕੀਤੀ ਅਤੇ 1969 ਈਸਵੀ ਦੇ ਵਿੱਚ ਦਿੱਲੀ ਹਾਈ ਕੋਰਟ ਦੇ ਵਿੱਚ ਉਹ ਜੱਜ ਬਣੇ। ਸਵਰਗਵਾਸ ਹੋਏ ਉਹ ਦੇਖੋ 1999 ਈਸਵੀ ਦੇ ਵਿੱਚ। ਪੰਜ ਨਾਟਕ ਇਹਨਾਂ ਦਾ ਇਕਾਂਗੀ ਸੰਗ੍ਰਹਿ ਆ ਜਿਹੜਾ ਕਿ 1939 ਦੇ ਵਿੱਚ ਪ੍ਰਕਾਸ਼ਿਤ ਹੋਇਆ ਅਤੇ ਕਾਵਿ ਸੰਗ੍ਰਹਿ ਦੇਖੋ ਕੱਤਕ ਕੁੰਜਾਂ ਪਹਿਲਾਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਵੱਡੀਆਂ ਰਚਨਾਵਾਂ ਦੇ ਵਿੱਚ ਇਹ ਇਹਨਾਂ ਦੀਆਂ 'ਚ 1941 ਦੇ ਵਿੱਚ ਪ੍ਰਕਾਸ਼ਿਤ ਹੋਈ। ਪਾਪ ਦੇ ਸੋਹਿਲੇ 1943 'ਚ, ਰਕਤ ਬੂੰਦਾਂ 1946 'ਚ, ਆਦਿ ਜੁਗਾਦ 1955 'ਚ, ਸਰਬ ਕਲਾ 1966 'ਚ, ਗੁਰੂ ਗੋਬਿੰਦ 1966 'ਚ, ਅਨਿਕ ਬਿਸਤਰ ਸੰਯੋਗ ਵਿਯੋਗ 1982 'ਚ, ਸਰਵ ਨਿਰੰਤਰ ਸਮੁੱਚੀਆਂ ਰਚਨਾਵਾਂ ਇਹ ਇਹਨਾਂ ਦੀਆਂ ਦੇਖੋ 1987 ਦੇ ਵਿੱਚ ਪ੍ਰਕਾਸ਼ਿਤ ਹੋਈਆਂ ਅਤੇ ਵਾਰਤਕ ਦੇ ਵਿੱਚ ਇਹਨਾਂ ਨੇ ਪੰਜਾਬੀ ਦੇ ਵਿੱਚ ਤਾਂ ਇੱਕੋ ਇੱਕ ਰਚਨਾ ਇਹਨਾਂ ਦੀ ਤੁਰਕੀ ਬਾਣੀ ਜਿਹੜੀ ਕਿ 1975 ਦੇ ਵਿੱਚ ਪ੍ਰਕਾਸ਼ਿਤ ਹੋਈ ਹੈ। ਇਸ ਤੋਂ ਬਿਨਾਂ ਇੰਗਲਿਸ਼ ਦੇ ਵਿੱਚ ਰਚਨਾਵਾਂ ਦੇਖੋ 10 ਹੋਲੀ ਮਾਸਟਰ ਐਂਡ ਦੇਅਰ ਕਮਾਂਡਮੈਂਟਸ 1980 ਦੇ ਵਿੱਚ, ਦ 10th ਮਾਸਟਰ 1983 ਦੇ ਵਿੱਚ ਪ੍ਰਕਾਸ਼ਿਤ ਹੋਈ, ਇਹ ਸਟੱਡੀ ਆਫ ਭਾਈ ਵੀਰ ਸਿੰਘ ਪੋਇਟਰੀ 1985 ਦੇ ਵਿੱਚ। ਇਹ ਸੀਗੀਆਂ ਇਹਨਾਂ ਦੀਆਂ ਰਚਨਾਵਾਂ ਦੇਖੋ ਅਤੇ ਅੱਗੇ ਆਪਾਂ ਇਹਨਾਂ ਬਾਰੇ ਪੰਜਾਬੀ ਸਾਹਿਤ ਨੂੰ ਇਹਨਾਂ ਦੀ ਦੇਣ ਪੜ੍ਹਦੇ ਹਾਂ। ਪ੍ਰੀਤਮ ਸਿੰਘ ਸਫੀਰ ਦੀ ਪੰਜਾਬੀ ਸਾਹਿਤ ਨੂੰ ਦੇਣ ਦੇਖੋ। ਇਹਨਾਂ ਦੀ ਕਾਵਿ ਕਲਾ ਅਤੇ ਪੰਜਾਬੀ ਕਾਵਿ ਨੂੰ ਦੇਣ ਸੰਬੰਧੀ ਵਿਚਾਰ ਕਰਨ ਲਈ ਉਹਨਾਂ ਦੀ ਕਵਿਤਾ ਦੇ ਵਿਸ਼ੇ ਅਤੇ ਰੂਪਕ ਪੱਖ ਬਾਰੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ। ਇਸ ਕਰਕੇ ਆਪਾਂ ਸਭ ਤੋਂ ਪਹਿਲਾਂ ਇਹਨਾਂ ਦਾ ਵਿਸ਼ਾ ਪੱਖ ਦੇਖਦੇ ਹਾਂ, ਜਿਵੇਂ ਰੋਮਾਂਸਵਾਦ, ਅਧਿਆਤਮਵਾਦ, ਪ੍ਰਗਤੀਵਾਦ, ਇਸ ਤਰ੍ਹਾਂ ਦੇ ਵਿਸ਼ੇ ਇਹਨਾਂ ਨੇ ਅਪਣਾਏ ਆ ਅਤੇ ਇਸ ਤੋਂ ਬਿਨਾਂ ਕ੍ਰਾਂਤੀਕਾਰੀ ਭਾਵਨਾ, ਅੰਤਰਰਾਸ਼ਟਰੀ ਭਾਵਨਾ, ਉਹਨਾਂ ਬਾਰੇ ਪੜ੍ਹਦੇ ਹਾਂ ਆਪਾਂ ਅੱਗੇ। ਸਭ ਤੋਂ ਪਹਿਲਾਂ ਦੇਖੋ ਰੋਮਾਂਸਵਾਦ, ਆਪਦੀ ਕਵਿਤਾ ਦਾ ਪ੍ਰਧਾਨ ਵਿਸ਼ਾ ਜਿਹੜਾ ਉਹ ਰੋਮਾਂਸਵਾਦ ਹੈ ਅਤੇ ਆਪਣੇ ਮੁੱਢਲੇ ਪੜਾਵਾਂ ਤੋਂ ਹੀ ਆਪ ਇੱਕ ਰੋਮਾਂਟਿਕ ਕਵੀ ਰਹੇ ਹੋ, ਠੀਕ ਹੈ, ਅਤੇ ਇਹਨਾਂ ਦੀਆਂ ਕਈ ਕਵਿਤਾਵਾਂ ਅੰਦਰ ਰੋਮਾਂਟਿਕ ਭਾਵਨਾਵਾਂ ਮਿਲਦੀਆਂ। ਅੱਗੇ ਅਧਿਆਤਮਵਾਦੀ, ਅਧਿਆਤਮਵਾਦੀ ਪ੍ਰਸੰਗ ਵਿੱਚ ਆਪ ਦੀ ਕਵਿਤਾ ਆਨੰਦਗੜ੍ਹ ਦਾ ਨਾਂ ਲਿਆ ਜਾ ਸਕਦਾ ਹੈ। ਇਹ ਕਵਿਤਾ ਜਿਹੜੀ ਇਹ ਅਧਿਆਤਮਵਾਦ ਨਾਲ ਸੰਬੰਧਿਤ ਹੈ। ਅੱਗੇ ਖਾਲਸੇ ਦੇ ਹਾਮੀ ਆ ਗਏ ਇਹ। ਆਪ ਦੀ ਕਵਿਤਾ ਉੱਪਰ ਸਿੱਖ ਅਤੇ ਵਿਸ਼ੇਸ਼ ਕਰਕੇ ਫਲਸਫੇ ਦਾ ਪ੍ਰਭਾਵ ਉਹਨਾਂ ਦੀ ਕਵਿਤਾ ਆਨੰਦਪੁਰ ਦੀ ਗੜੀ ਵਿੱਚ ਵੇਖਣ ਨੂੰ ਮਿਲਦਾ। ਨਾਲ ਨਾਲ ਮੈਂ ਕਵਿਤਾਵਾਂ ਦੇ ਨਾਮ ਲਿਖੇ ਆ ਵੀ ਕਿਹੜੀ ਕਵਿਤਾ ਦੇ ਵਿੱਚ ਕਿਹੜਾ ਪ੍ਰਭਾਵ ਉਹਨਾਂ ਦਾ ਮਿਲਦਾ। ਪ੍ਰਗਤੀਵਾਦ ਦੇ ਵਿੱਚ ਦੇਖੋ ਕਿਰਤੀਆਂ ਕਿਸਾਨਾਂ ਦੇ ਹੱਕਾਂ ਪ੍ਰਤੀ ਸੁਚੇਤ ਹਨ ਉਹ ਅਤੇ ਉਹਨਾਂ ਨੂੰ ਪਤਾ ਹੈ ਕਿ ਉਹ ਦੁਖੀ ਹਨ, ਕਿਰਤੀ ਕਿਸਾਨ, ਅਤੇ ਉਹਨਾਂ ਦਾ ਸ਼ੋਸ਼ਣ ਹੁੰਦਾ ਹੈ
ਤੇ ਇਸ ਤਰ੍ਹਾਂ ਕੱਤਕ ਕੁੰਜਾਂ ਕਵਿਤਾ ਵਿੱਚ ਕਵੀ ਸਮਾਜਵਾਦੀ ਵਿਚਾਰਾਂ ਦਾ ਪ੍ਰਗਟਾਵਾ ਕਰਦਾ। ਕ੍ਰਾਂਤੀਕਾਰੀ ਭਾਵਨਾ। ਅਨੰਦਪੁਰ ਦੀ ਗੜੀ ਤੋਂ ਮਨੂ ਦੇ ਪੈਰੋਕਾਰ, ਹਸਤਨਾਪੁਰ ਦਾ ਜ਼ਮਾਨਾ ਨਹੀਂ ਹੁਣ, ਕ੍ਰਾਂਤੀਕਾਰੀ ਰੰਗਨ ਦੀਆਂ ਕਾਵਿ ਰਚਨਾਵਾਂ। ਇਹ ਅੰਤਰਰਾਸ਼ਟਰੀ ਭਾਵਨਾ ਜਿਨ੍ਹਾਂ ਦੇ ਵਿੱਚੋਂ ਸਾਨੂੰ ਪਤਾ ਲੱਗਦੀ ਹੈ, ਉਹ ਵੀ ਕਈ ਕਵਿਤਾਵਾਂ ਇਹਨਾਂ ਦੀਆਂ, ਜਿਵੇਂ ਨੀਲ, ਹੀਰੋਸ਼ੀਮਾ ਅਤੇ ਨਾਗਾਸਾਕੀ ਆਦਿ। ਇਹ ਇਹਨਾਂ ਦੀਆਂ ਅੰਤਰਰਾਸ਼ਟਰੀ ਭਾਵਨਾ ਦੀਆਂ ਕਵਿਤਾਵਾਂ। ਵਿਸ਼ੇਸ਼ਤਾਵਾਂ ਦੇਖੋ, ਜਿਹੜੀਆਂ ਜਿਹੜੀਆਂ ਕਾਵਿ ਵਿਸ਼ੇਸ਼ਤਾਵਾਂ ਆਪਦੀਆਂ ਕਵਿਤਾਵਾਂ ਦੇ ਵਿੱਚ ਮਿਲਦੀਆਂ, ਜਿਵੇਂ ਅਲੰਕਾਰਾਂ ਦੀ ਵਰਤੋਂ। ਆਪਨੇ ਆਪਣੀ ਕਵਿਤਾ ਅੰਦਰ ਕਈ ਤਰ੍ਹਾਂ ਦੇ ਅਲੰਕਾਰ ਵਰਤੇ ਆ, ਜਿਵੇਂ ਉਪਮਾ, ਰੂਪਕ, ਦ੍ਰਿਸ਼ਟਾਂਤ ਅਤੇ ਕਥਨੀ ਅਲੰਕਾਰ। ਤਾਂ ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹਾਂਗੀ ਵੀ ਮੈਂ ਇਹਨਾਂ ਅਲੰਕਾਰਾਂ ਬਾਰੇ ਪੜ੍ਹਾਇਆ ਸਪੈਸ਼ਲ, ਜਿਨ੍ਹਾਂ ਦੇ ਵਿੱਚੋਂ ਕਿ ਸਾਨੂੰ ਪਹਿਚਾਣ ਹੋ ਸਕੇ ਅਲੰਕਾਰਾਂ ਦੀ, ਵੀ ਇੱਥੇ ਕਿਹੜਾ ਅਲੰਕਾਰ ਵਰਤਿਆ ਗਿਆ, ਦ੍ਰਿਸ਼ਟਾਂਤ ਹੈ, ਅਤਕਥਨੀ ਹੈ ਜਾਂ ਰੂਪਕ ਹੈ। ਇਹਦੇ ਬਾਰੇ ਸਪੈਸ਼ਲ ਵੀਡੀਓ ਆਪਣੀ ਬਣਾਈ ਵੀ ਹੈ, ਜਿਹਦੇ ਵਿੱਚੋਂ ਕਿ ਤੁਸੀਂ ਅਲੰਕਾਰਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਲੈ ਜਾਂ ਉਹਨੂੰ ਆਪਾਂ ਰਿਦਮ ਵੀ ਕਹਿੰਦੇ ਹਾਂ, ਅਤੇ ਆਪ ਬੌਧਿਕ ਧਾਰਾ ਦੇ ਕਵੀ ਹੁੰਦੇ ਹੋਏ ਵੀ, ਨਾਲੇ ਤਾਂ ਆਪ ਬੌਧਿਕ ਧਾਰਾ ਦੇ ਕਵੀ ਹੋ, ਨਾਲ ਨਾਲ ਕੀ ਆ ਹੁੰਦੇ ਹੋਏ ਵੀ ਆਪ ਦੀ ਕਵਿਤਾ ਦੇ ਵਿੱਚ ਲੈ ਜਿਹੜੀ ਉਹ ਹਮੇਸ਼ਾ ਕਾਇਮ ਰਹਿੰਦੀ ਹੈ। ਅਤੇ ਆਪ ਮੁਹਾਰਾਪਨ। ਸਫੀਰ ਦੀ ਕਵਿਤਾ ਅੰਦਰ ਆਪ ਮੁਹਾਰਤਾ ਦਾ ਗੁਣ ਹੈ, ਅਤੇ ਕਵਿਤਾ ਅੰਦਰ ਆਪ ਮੁਹਾਰਤਾ ਇੰਨੀ ਜ਼ਿਆਦਾ ਹੁੰਦੀ ਹੈ ਕਿ ਪਾਠਕ ਜਾਂ ਸਰੋਤੇ ਨੂੰ ਨਾਲ ਲੈ ਕੇ ਜਾਂਦੀ ਹੈ। ਜਾਨੀ ਆਪ ਮੁਹਾਰਤਾ ਮਤਲਬ ਪਾਠਕ ਜਾਂ ਸਰੋਤਾ ਜਦੋਂ ਪੜ੍ਹ ਰਿਹਾ ਹੁੰਦਾ ਇਹਨਾਂ ਦੀ ਕਵਿਤਾ ਨੂੰ ਜਾਂ ਕੋਈ ਸੁਣ ਰਿਹਾ ਹੁੰਦਾ, ਤਾਂ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਉਹਦੇ ਆਪਦੇ ਨਾਲ ਹੀ ਇਹ ਸਾਰਾ ਕੁਝ ਬੀਤ ਰਿਹਾ ਹੋਵੇ। ਵਿਅੰਗ ਦੇਖੋ। ਵਿਅੰਗ ਕਸੇਵੇ। ਇਹਨਾਂ ਦੀਆਂ ਕਈ ਕਵਿਤਾਵਾਂ ਦੇ ਵਿੱਚ ਡੂੰਘਾ ਵਿਅੰਗ ਮਿਲਦਾ। ਉਹਨਾਂ ਨੇ ਸਮਾਜ ਦੀਆਂ ਗਲਤ ਕੀਮਤਾਂ ਅਤੇ ਉਹਨਾਂ ਲਈ ਜ਼ਿੰਮੇਵਾਰ ਸਮਾਜਿਕ ਸ਼ਕਤੀਆਂ 'ਤੇ ਭਾਰੀ ਕਠਾਕ ਕੀਤਾ। ਕਠਾਕ ਹੁੰਦਾ ਦੇਖੋ ਵਿਅੰਗ। ਵਿਅੰਗ ਕਸੇਵੇ ਉਹਨਾਂ ਦੀਆਂ ਕਵਿਤਾਵਾਂ ਦੇ ਵਿੱਚ, ਠੀਕ ਹੈ, ਜਿਨ੍ਹਾਂ ਤੋਂ ਕਿ ਸਾਨੂੰ ਪਛਾਣ ਆ ਜਾਂਦੀ ਹੈ ਵੀ ਇਹ ਇੱਥੇ ਕਿਹਨੂੰ ਕੀ ਕਹਿ ਰਹੇ ਨੇ। ਅੱਗੇ ਆ ਗਈ ਬੌਧਿਕਤਾ। ਸਫੀਰ ਨੇ ਬੌਧਿਕ ਧਾਰਾ ਵਾਲੀਆਂ ਕਵਿਤਾਵਾਂ ਵੀ ਲਿਖੀਆਂ ਹਨ, ਅਤੇ ਕਈ ਵਾਰ ਆਪ ਨੂੰ ਬੌਧਿਕ ਧਾਰਾ ਕਹਿ ਕੇ ਹੀ ਯਾਦ ਕੀਤਾ ਜਾਂਦਾ ਹੈ। ਬੌਧਿਕ ਧਾਰਾ ਦੇਖੋ, ਉੱਪਰ ਵੀ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਬੌਧਿਕ ਧਾਰਾ ਦੇ ਕਵੀ ਹੁੰਦੇ ਹੋਏ ਵੀ ਲੈ ਵੀ ਰੱਖਦੇ ਆਪਦੀਆਂ ਕਵਿਤਾਵਾਂ ਦੇ ਵਿੱਚ, ਅਤੇ ਇਸ ਕਰਕੇ ਇਹਨਾਂ ਨੂੰ ਬੌਧਿਕ ਧਾਰਾ ਦਾ ਕਵੀ ਕਹਿ ਕੇ ਵੀ ਯਾਦ ਕੀਤਾ ਜਾਂਦਾ। ਵਿਚਾਰਾਂ ਦੇ ਪ੍ਰਗਟਾਵੇ ਲਈ ਆਪ ਦੀ ਕਵਿਤਾ ਅੰਦਰ ਇਤਿਹਾਸ ਮਿਥਿਹਾਸ ਦੀ ਵਰਤੋਂ ਕੀਤੀ ਮਿਲਦੀ ਹੈ, ਅਤੇ ਭਾਸ਼ਾ ਜਿਹੜੀ ਆਪਣੇ ਵਰਤੀ ਹੈ ਦੇਖੋ ਸੋਧੀ, ਠੇਠ ਅਤੇ ਮੁਹਾਵਰੇਦਾਰ, ਅਤੇ ਉਹ ਗੁਰਬਾਣੀ ਵਿੱਚੋਂ ਸ਼ਬਦ ਅਤੇ ਤੁਕਾਂ ਵੀ ਵਰਤਦੇ ਆ, ਅਤੇ ਇਤਿਹਾਸਿਕ ਅਤੇ ਮਿਥਿਹਾਸਿਕ ਹਵਾਲੇ ਵੀ ਦਿੰਦੇ ਆ, ਅਤੇ ਸ਼ਬਦਾਵਲੀ ਅੰਦਰ ਪੋਠੋਹਾਰੀ ਦੇ ਸ਼ਬਦ ਵੀ ਆ ਜਾਂਦੇ ਆ। ਤਾਂ ਇਹ ਸੀ ਦੇਖੋ ਪ੍ਰੀਤਮ ਸਿੰਘ ਸਫੀਰ ਜੀ ਬਾਰੇ ਜਾਣਕਾਰੀ। ਵੀਡੀਓ ਨੂੰ ਧਿਆਨ ਨਾਲ ਦੇਖੋ ਅਤੇ ਯਾਦ ਕਰੋ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਦਬਾਇਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ।